ਗੁੱਡ ਈਵਨਿੰਗ ਟੂ ਆਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਆਪਦਾ ਤੀਸਰਾ ਕਿਊ ਕਾਰਡ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ, ਐਂਡ ਆਈ ਹੋਪ ਕਿ ਤੁਹਾਨੂੰ ਇਹ ਕਿਊ ਕਾਰਡ ਸਾਡਾ ਪਸੰਦ ਆਊਗਾ। ਸੋ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਕਿਊ ਕਾਰਡ, ਤਾਂ ਕਿ ਨੈਕਸਟ ਟਾਈਮ ਦੇ ਵਿੱਚ ਅਸੀਂ ਹੋਰ ਵੀ ਤੁਹਾਡੇ ਸਾਹਮਣੇ ਆਪਦੇ ਕਿਊ ਕਾਰਡ ਪੇਸ਼ ਕਰ ਸਕੀਏ ਜੋ ਕਿ ਤੁਹਾਡੇ ਲਈ ਹੈਲਪਫੁਲ ਹੋਣ। ਕਿਊ ਕਾਰਡ ਦਾ ਨਾਮ ਹੈ ਡਿਸਕ੍ਰਾਈਬ ਅ ਕੁਆਇਟ ਪਲੇਸ, ਔਰ ਇਹਦੇ ਕੁਐਸਚਨਸ ਨੇ ਵੇਅਰ ਇਟ ਇਜ਼, ਸੈਕਿੰਡ ਵੈਨ ਯੂ ਲਾਈਕ ਟੂ ਗੋ ਦੇਅਰ, ਥਰਡ ਵਟ ਯੂ ਡੂ ਦੇਅਰ, ਫੋਰਥ ਵਾਈ ਯੂ ਲਾਈਕ ਟੂ ਗੋ ਦੇਅਰ। ਮਤਲਬ ਕਿ ਤੁਸੀਂ ਇੱਕ ਪੀਸਫੁਲ ਜਗ੍ਹਾ ਬਾਰੇ ਦੱਸਣਾ, ਔਰ ਇਹਦੇ ਕੁਐਸਚਨਸ ਨੇ ਕਿ ਉਹ ਜਗ੍ਹਾ ਕਿੱਥੇ ਆ, ਸੈਕਿੰਡ ਤੁਸੀਂ ਉੱਥੇ ਕਦੋਂ ਜਾਂਦੇ ਹੋ, ਥਰਡ ਤੁਸੀਂ ਉੱਥੇ ਜਾ ਕੇ ਕੀ ਕਰਦੇ ਹੋ, ਔਰ ਫੋਰਥ ਕਿ ਤੁਹਾਨੂੰ ਉੱਥੇ ਜਾਣਾ ਕਿਉਂ ਪਸੰਦ ਆ। ਇਸਦਾ ਹੁਣ ਅਸੀਂ ਤੁਹਾਡੇ ਸਾਹਮਣੇ ਸੈਂਪਲ ਆਂਸਰ ਪੇਸ਼ ਕਰਨ ਲੱਗੇ ਹਾਂ। ਇਟ ਇਜ਼ ਵੈਰੀ ਡਿਫੀਕਲਟ ਟੂ ਫਾਈਂਡ ਕੁਆਇਟ ਪਲੇਸਿਸ ਇਨ ਦਾ ਫਾਸਟ ਪੇਸਡ ਲਾਈਫ ਆਫ ਟੂਡੇ, ਹਾਊਐਵਰ ਆਈ ਐਮ ਹੇਅਰ ਟੂ ਸ਼ੇਅਰ ਮਾਈ ਵਿਊਜ ਔਨ ਏ ਪਲੇਸ ਵੇਅਰ ਆਈ ਗੋ ਕੁਆਇਟ ਓਫਨ ਐਂਡ ਆਈ ਫਾਈਂਡ ਗ੍ਰੇਟ ਪੀਸ ਦੇਅਰ। ਮਾਈ ਫੇਵਰਟ ਪਲੇਸ ਇਜ਼ ਵੇਅਰ ਮੋਸਟ ਪੀਪਲ ਗੋ ਐਵਰੀ ਡੇ, ਮਾਈ ਪੀਸਫੁਲ ਕੁਆਇਟ ਗਾਰਡਨ। ਗਾਰਡਨ ਇਜ਼ ਦ ਪਲੇਸ ਆਫ ਬਿਊਟੀ, ਦੇਅਰ ਇਜ਼ ਅ ਬਿਊਟੀਫੁਲ ਗਾਰਡਨ ਜਸਟ ਇਨ ਫਰੰਟ ਆਫ ਮਾਈ ਹਾਊਸ, ਦੇਅਰ ਆਰ ਰੋ ਆਫ ਰੋਜ਼ਿਸ ਦੈਟ ਅਟਰੈਕਟ ਦ ਆਈਜ਼ ਆਫ ਦ ਬੀ ਹੋਲਡਰ, ਆਈ ਇੰਜੋਏ ਅ ਸਟਰੋਲ ਇਨ ਦ ਗਾਰਡਨ ਬੋਥ ਇਨ ਦ ਮੋਰਨਿੰਗ ਐਂਡ ਇਨ ਦ ਈਵਨਿੰਗ, ਐਟ ਦੈਟ ਟਾਈਮ ਆਈ ਫੋਰਗੈਟ all the worries of life. In the middle of the garden there is a small fountain and a small tank. The garden also serves as a nest of singing birds. Many beautiful birds perch in the trees in the evening and pour out their melodious songs. At my peaceful place I am able to think much better, I can do my homework, projects, preparation and creative work much better. Due to these reasons, I would say that I am in love with this place and I think there is no place like this in the world. ਹਾਂਜੀ, ਜੇ ਤੁਹਾਨੂੰ ਸਾਡਾ ਕਿਊ ਕਾਰਡ ਪਸੰਦ ਆਇਆ ਹੋਵੇ ਤਾਂ ਪਲੀਜ਼ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਅਤੇ ਸ਼ੇਅਰ ਕਰਦੇ ਰਹੋ।